चैप्टर नंबर 5 था ना, द मेकिंग ऑफ ग्लोबल वर्ल्ड। बेटा ये चैप्टर हमने हेलो मैम, गुड मॉर्निंग मैम। हाँ जी बेटा, गुड मॉर्निंग। बेटा ये चैप्टर हमने यहाँ तक रीड कर लिया था ना, 19th सेंचुरी तक का फर्स्ट पैराग्राफ। जसप्रीत मैम ये तो पता नहीं जी मैनू, मैम शायद मैम पिछी सी हजे आपां ਇੱਥੇ ਸੀ ਬੇਟਾ, ਦਾ 19 ਸੈਂਚਰੀ ਦਾ ਫਸਟ ਪੈਰਾਗ੍ਰਾਫ ਆਪਾਂ ਨੇ ਕਰ ਲਿਆ ਸੀ ਕੱਲ। ਬੇਟਾ ਤੁਸੀਂ ਇਹ ਚੈਪਟਰ ਰੀਡ ਕਰਿਆ ਸੀ ਬੇਟਾ? ਕਾ ਹਾਂਜੀ ਮੈਮ, ਕਿਤੇ ਤਾਂ ਸੀਗੀ ਮੈਮ, ਮੈਂ ਲਾਸਟ ਮੂਮੈਂਟ ਤੇ ਮੈਮ। ਹਾਂਜੀ ਕੀ ਹੋ ਗਿਆ ਸੀ? ਹਾਂਜੀ ਮੈਮ ਕਿਤਾ ਸੀ ਗਈ। ਹਾਂਜੀ ਮੈਮ, ਮੈਂ ਲਾਸਟ ਮੂਮੈਂਟ ਤੇ ਮੈਮ ਮੇਰੀ ਨਾ ਉਹ ਨੈਟਵਰਕ ਕੱਟ ਗਿਆ ਸੀ ਮੈਮ। ਓਕੇ ਜੀ। ਕੋਮਲ ਹਾਂਜੀ ਮੈਮ। ਮੈਮ हांजी बेटा, अपने यहाँ तक रीड कर लिया था ना फर्स्ट पैराग्राफ। अ वर्ल्ड ओलंपिक टेक शेप, यहाँ से पढ़ना है मैम। हांजी हांजी, यहाँ से रीड करना है आज हमें। सो जसप्रीत बेटा, आप रीड करोगे आप आज? यस मैम, कर देते हैं। हांजी बेटा, मॉडल्स के ऊपर करना मैम इसे। बेटा आपने बुक्स ले ली जसप्रीत? हाँ जी मैम, बुक्स तो ले ली। ओके जी, एसएसपी की है बुक आपके पास? यस मैम है। ओके जी, चलो रीड करो बेटा यहाँ से। अ वर्ल्ड इकॉनमी टेक्स अ गुड प्लेस टू स्टार्ट इज द चेंजिंग पैटर्न ऑफ फूड प्रोडक्शन एंड कंसम्पशन इन इंडस्ट्री। यूरोपियन ट्रेडिशनली कंट्रीब्यूशन लाइक्ड टू बी सेल्फ effect in food, but in 19th century British self-stuffing in food maintained lower living standing and social confidence. Why was this so? Population growth from the later 18th century had increased the demand for food grains in Britain as urban centuries expanded and industry grew. The demand for agriculture production went up, pushing up food grain price. Under pressure from leaded group, the government also restructured the import of corn. The laws allowing the government to do this were complication canon as the corn laws up happy with high food price, industries list and urban devolves forced the abolition of the corn laws. After the corn laws were scrapped, food could be imported into British more cheaply than it could be producted within the country. British agriculture was unable to compete with the imports. Vast areas of land were now left uncultured and thousands of men and women were thrown out of work. They flocked to the cities or migrated on seas. So beta ide vich ki aega first? ਇਹਦੇ ਵਿੱਚ ਕੀ ਹੈ ਬੇਟਾ? ਸਭ ਤੋਂ ਪਹਿਲਾਂ ਜਿਹੜੇ ਵੀ ਬਹੁਤ ਜ਼ਿਆਦਾ ਉਦੋਂ ਕੰਟਰੀਆਂ ਟ੍ਰੈਡੀਸ਼ਨਲ ਕੰਟਰੀਜ਼ ਹੁੰਦੀਆਂ ਸੀ, ਸਭ ਤੋਂ ਜ਼ਿਆਦਾ ਉਹ ਆਪਣੇ ਆਪ ਨੂੰ
ਜਾਣੀ ਕਿ ਸਭੀ ਕੰਟਰੀਜ਼ ਭੋਜਨ ਦੇ ਮਾਮਲੇ ਦੇ ਵਿੱਚ ਨਿਰਭਰ ਹੋਣ ਦਾ ਜਾਣੀ ਕਿ ਯਤਨ ਕਰਦੀਆਂ ਸੀ ਉਸ ਸਮੇਂ। ਲੇਕਿਨ ਬੇਟਾ 19ਵੀਂ ਸਦੀ ਦੇ ਵਿੱਚ ਬ੍ਰਿਟੇਨ ਦੀ ਥੋੜ੍ਹੀ ਜਾਣੀ ਕਿ ਬਾਤ ਥੋੜ੍ਹੀ ਅਲੱਗ ਸੀ। ਅਗਰ ਬੇਟਾ ਉਸ ਸਮੇਂ ਆਪਾਂ ਬ੍ਰਿਟੇਨ ਦੇ ਖਾਦ ਪਦਾਰਥਾਂ ਜਾਣੀ ਕਿ ਉਸ ਸਮੇਂ ਜਦੋਂ ਬ੍ਰਿਟੇਨ ਖਾਦ ਆਤਮ ਨਿਰਭਰਤਾ ਦੇ ਰਸਤੇ ਪਰ ਚੱਲਦਾ ਤੋ ਬੇਟਾ ਉਸ ਸਮੇਂ ਲੋਕਾਂ ਦਾ ਜਿਹੜਾ ਜੀਵਨ ਸਤਰ ਕਹਿ ਸਕਦੇ ਹਾਂ ਲਿਵਿੰਗ ਸਟੈਂਡਰਡ ਸੀ ਉਹ ਗਿਰ ਜਾਂਦਾ ਅਤੇ ਉਹਨਾਂ ਵਿੱਚ ਸਮਾਜਿਕ ਤਣਾਅ ਫੈਲ ਜਾਂਦਾ ਅਤੇ 18ਵੀਂ ਸਦੀ ਦੇ ਅਖੀਰ ਵਿੱਚ ਦੇ ਦਹਾਕੇ ਦੇ ਵਿੱਚ ਬ੍ਰਿਟੇਨ ਦੀ ਆਬਾਦੀ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਗਈ ਸੀ ਅਤੇ ਨਤੀਜਾ ਕੀ ਹੋਇਆ ਦੇਸ਼ ਮੇਂ ਵਿੱਚ ਭੋਜਨ ਦੀ ਮੰਗ ਵੀ ਵਧਣ ਲੱਗ ਗਈ ਸੀ ਅਤੇ ਹੌਲੀ ਹੌਲੀ ਜੈਸੇ ਵੀ ਸ਼ਹਿਰ ਵਧਣ ਲੱਗ ਗਏ ਸੀ ਅਤੇ ਉਦਯੋਗ ਵੀ ਵਧਣ ਲੱਗ ਗਿਆ ਸੀ ਅਤੇ ਕ੍ਰਿਸ਼ੀ ਉਤਪਾਦਨਾਂ ਦੀ ਮੰਗ ਵੀ ਵਧਣ ਲੱਗ ਗਈ ਸੀ। ਕ੍ਰਿਸ਼ੀ ਉਤਪਾਦ ਵੀ ਮਹਿੰਗੇ ਹੋਣ ਲੱਗੇ ਸੀ। ਦੂਜੀ ਤਰਫ ਬੇਟਾ ਸਰਕਾਰ ਨੇ ਮੱਕਾ ਕਿਹਾ ਵੀ ਆਯਾਤ ਕਰਨ ਪਰ ਪਾਬੰਦੀ ਲਗਾ ਦੀ ਸੀ ਜਿਹਨਾਂ ਕਾਨੂੰਨ ਕੇ ਸਾਰੇ ਬੇਟਾ ਸਰਕਾਰ ਨੇ ਇਹ ਪਾਬੰਦੀ ਲਾਗੂ ਕੀਤੀ ਉਹਨੇ ਹਮ ਕਾਰਨ ਲਾ ਵੀ ਕਹਿਤੇ ਹੈ। ਸੋ ਬੇਟਾ ਖਾਦ ਪਦਾਰਥ ਕੀ ਉੱਚੀ ਜਾਣੀ ਕਿ ਕੀਮਤ ਬਹੁਤ ਜ਼ਿਆਦਾ ਵੜ ਗਈ ਸੀ ਤਾਂ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਜਾਣੀ ਕਿ ਫੌਰਨ ਸਮਾਪਤ ਕਰ ਦਿੱਤਾ ਸੀ। ਇਹਦੇ ਨਾਲ ਬੇਟਾ ਕਾਨੂੰਨ ਲਾ ਕੇ ਜਾਣੀ ਕਿ ਜੋ ਸਕ੍ਰੈਪਡ ਹੋ ਗਿਆ ਸੀ ਤਾਂ ਬਾਅਦ ਵਿੱਚ ਬਹੁਤ ਜ਼ਿਆਦਾ ਕੀਮਤਾਂ ਖਾਦ ਪਦਾਰਥ ਦਾ ਬਹੁਤ ਜ਼ਿਆਦਾ ਵੱਡੀਆਂ ਕੀਮਤਾਂ ਵਿੱਚ ਆਯਾਤ ਕਰਨ ਹੋਣ ਲੱਗ ਗਿਆ ਸੀ ਅਤੇ ਜਿਹੜੇ ਬ੍ਰਿਟਿਸ਼ ਕਾਨੂੰਨਾਂ ਦੀ ਕਿਸਾਨਾਂ ਦੀ ਹਾਲਤ ਸੀ ਉਹ ਥੋੜ੍ਹੀ ਜਿਹੀ ਵਿਗੜਨ ਲੱਗ ਗਈ ਸੀ ਅਤੇ ਇਹਦੇ ਨਾਲ ਬਹੁਤ ਜ਼ਿਆਦਾ ਲੋਕ ਬੇਰੁਜ਼ਗਾਰ ਹੋ ਗਏ ਸੀ ਤਾਂ ਲੋਕ ਇੱਕ ਦੂਜੇ ਤੋਂ ਜਾਣੀ ਕਿ ਦੂਜੀ ਸਿਟੀ ਦੇ ਵਿੱਚ ਮਾਈਗ੍ਰੇਟ ਹੋਣ ਲੱਗ ਗਏ ਸੀ ਵੀ ਕਿੱਦਾਂ ਇੱਕ ਸਿਟੀ ਤੋਂ ਦੂਜੇ ਦੇਸ਼ ਦੇ ਵਿੱਚ ਚਲੇ ਜਾਂਦੇ ਸੀ। ਹਾਂਜੀ ਸ਼ਾਨਪ੍ਰੀਤ ਬੇਟਾ ਸ਼ਾਨਪ੍ਰੀਤ ਬੇਟਾ ਅਨਮਿਊਟ ਕਰੋ। ਯੈਸ ਮੈਮ। ਹਾਂਜੀ ਬੇਟਾ ਆਪ ਰੀਡ ਕਰੋ ਅਬ। ਓਕੇ ਸ਼ਾਨਪ੍ਰੀਤ ਐਜ਼ ਅ ਫੂਡ ਪ੍ਰਾਈਸਿਸ ਆਫ ਫੈਲ ਕੰਜ਼ਪਸ਼ਨ ਪੜ੍ਹ ਰਹੇ ਹਾਂ ਮੈਂ। ਹਾਂਜੀ ਹਾਂਜੀ ਐਜ਼ ਅ ਫੂਡ ਪ੍ਰਾਈਸਿਸ ਆਫ ਫੈਲ ਕੰਜ਼ਪਸ਼ਨ ਇਨ ਬ੍ਰਿਟੇਨ ਰੋਜ਼ ਫਰੋਮ ਦੀ ਮਿਡ 19th ਸੈਂਚਰੀ ਫਾਸਟਰ ਇੰਡਸਟਰੀਅਲ ਗਰੋਥ ਇਨ ਬ੍ਰਿਟੇਨ ਆਲਸੋ ਲੈਡ ਟੂ ਹਾਇਰ ਇਨਕਮਸ ਐਂਡ ਦੇਅਰਫੋਰ ਫੂਡ ਮੋਰ ਫੂਡ ਇੰਪੋਰਟਸ ਅਰਾਊਂਡ ਦਾ ਵਰਲਡ ਇਨ ਈਸਟਰਨ ਯੂਰਪ ਰਸ਼ੀਆ ਅਮੈਰੀਕਾ ਐਂਡ ਆਸਟ੍ਰੇਲੀਆ lands were cleared and food production expanded to meet the Britain demand. It was not enough merely to clear lands for agriculture. Railways were needed to link the agriculture regions to the ports. New harbors had to be built and old ones expanded to ship the new carriages. People had to settle on the land to bring them under cultivation. This meant buildings, homes and settlements. All these activities in turn required capital and labor. Capital flowed from financial centers such as London. The demand for laborers in places where laborers was in short supply, as in America and Australia, led to more migration. Nearly 50 million people emigrated from Europe to America and Australia in the 19th century. All over the world, some 150 million are estimated to have left their homes, crossed oceans and vast distances over land in search of a better future. ਜਿਵੇਂ ਬੇਟਾ ਜਾਣ ਕੇ ਫੂਡ ਪ੍ਰਾਈਸ ਜਾਣ ਕੇ ਇਹਦੀ ਕੀਮਤਾਂ ਦੇ ਵਿੱਚ ਗਿਰਾਵਟ ਆ ਗਈ ਸੀ ਤਾਂ ਵੀ ਜਿਹੜਾ ਬ੍ਰਿਟੇਨ ਦਾ ਸੀ ਜਾਣ ਕੇ ਉਪਭੋਗ ਦਾ ਜਾਣ ਕੇ ਸਤਰ ਹੋ ਗਿਆ ਸੀ ਉਹ ਵੀ ਜਾਣ ਕੇ ਵੱਧ ਗਿਆ ਸੀ। 19ਵੀਂ ਸਦੀ ਦੇ ਮੱਧ ਵਿੱਚ ਬ੍ਰਿਟੇਨ ਦੀ ਜਿਹੜੀ ਉਦਯੋਗਿਕ ਪ੍ਰਗਤੀ ਸੀ ਕਾਫੀ ਤੇਜ਼ ਰਹੀ ਸੀ ਜਿਸ ਵਿੱਚ ਲੋਕਾਂ ਦੀ ਆਊ ਮੇਂ ਵੀ ਵ੍ਰਿਧੀ ਹੋਈ ਸੀ ਬੇਟਾ। ਇਸਮੇਂ ਲੋਕਾਂ ਕੀ ਬੇਟਾ ਜ਼ਰੂਰਤ ਬੜੀ ਖਾਦ ਪਦਾਰਥੋਂ ਕਾ ਔਰ ਉਸਸੇ ਜ਼ਿਆਦਾ ਮਾਤਰਾ ਮੇਂ ਬਹੁਤ ਜ਼ਿਆਦਾ ਆਯਾਤ ਹੋਣੇ ਲਗਾ। ਪੂਰਵੀ ਯੂਰਪ, ਰੂਸ, ਅਮਰੀਕਾ, ਆਸਟ੍ਰੇਲੀਆ ਵੀ ਦੁਨੀਆਂ ਦੇ ਹਰ ਹਿੱਸੇ ਮੇਂ ਬ੍ਰਿਟੇਨ ਕਾ ਪੇਟ ਭਰਨੇ ਕੇ ਲੀਏ ਜ਼ਮੀਨੋਂ ਕੋ ਸਾਫ ਕਰਕੇ ਜਾਣ ਕੇ ਖੇਤੀ ਕੀਤੀ ਜਾਂਦੀ ਸੀ। ਖੇਤੀ ਦੇ ਲਈ ਬੇਟੇ ਜ਼ਮੀਨ ਕੋ ਸਾਫ ਕਰ ਦੇਣਾ ਹੀ ਕਾਫੀ ਨਹੀਂ ਸੀ
खेतीर इलाकों को बंदरगाहों से जोड़ने के लिए रेलवे की भी जरूरत होती सी, ज्यादातर बेटा माल माल ढोन दे लई नई गोदियां बनाना और पुरानी गोदियों को फैलाना जरूरी सी। ते नई जमीनों पर खेती करने के लिए ये बहुत जरूरी सी कि दूसरे इलाकों के लोग वहां आकर बसें, यानी कि उन्हें नए घर बनाना, नई बस्तियां बनाना भी जरूरी थी उन्होंने लिए। उन्होंने लिए इन सारे कामों के लिए पूंजी ते श्रम की जरूरत होंदी सी। जैसे बेटा अमरीका ते आस्ट्रेलिया इत्थे मजदूरों की बहुत ज्यादा कमी सी, सो लोगों ਉਹਨੂੰ ਇੱਕ ਯਾਨੀ ਕਿ ਇੱਕ ਦੂਜੇ ਨੂੰ ਲੈ ਕੇ ਜਾਇਆ ਜਾਂਦਾ ਸੀ। ਅਤੇ ਇਹਦੇ ਵਿੱਚ 19ਵੀਂ ਸਦੀ ਕੇ ਯੂਰਪ ਮੇਂ ਬੇਟਾ ਲਗਭਗ 50 ਕਰੋੜ ਲੋਕ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਰਹਿਣ ਲੱਗ ਗਏ ਸੀ। ਇਹ ਮੰਨਿਆ ਜਾਂਦਾ ਕਿ 15 ਕਰੋੜ ਦੁਨੀਆਂ ਦੇ ਵਿੱਚ 15 ਕਰੋੜ ਲੋਕ ਆਪਣੇ ਵੀ ਬਿਹਤਰ ਬੈਟਰ ਫਿਊਚਰ ਦੇ ਲਈ ਘਰ ਬਾਰ ਛੋੜ ਦਿੰਦੇ ਸੀ ਅਤੇ ਉਹ ਦੂਜੇ ਦੇਸ਼ਾਂ ਮੇਂ ਜਾ ਕੇ ਰਹਿਣ ਲੱਗ ਜਾਂਦੇ ਸੀ। Thus, by 1890, a global agriculture economy had taken shape, accompanied by complex changes in labor movement patterns, capital flows, ecologies, and technology. Food no longer came from a nearby village or town, but from thousands of miles away. It was not grown by a peasant tilling his own land but by an agriculture worker, perhaps recently arrived, who was now working on a large farm that only a generation ago had most likely been a forest. It was transported by railways built for that very purpose and by ships, which were increasingly manned in these decades by low paid workers from Southern Europe, Asia, Africa, and the Caribbean. Some of this dramatic change too on a smaller scale occurred closer home in West Punjab. There, the British Indian government builds a network of irrigation canals to transform semi-desert waste into fertile agriculture lands that could grow wheat and cotton for export. The canal colonies, as the areas irrigated by a new canal were settled by peasants from other parts of Punjab. Of course, food is merely an example. A similar story can be told for cotton, the cultivation of which expanded worldwide to feed British textile mills, or rubber indeed. So rapidly did regional specialization in the production of commodities develop that between 1820 and 1914, world trade is estimated to have multiplied 25 to 40 times. Nearly 60% of the trade comprised primary products, that is agriculture products such as wheat and cotton, and minerals such as coal. So beta ide vich ki hai first tak beta bahut zyada jan ke global agriculture ਇਕਾਨਮੀ ਯਾਨੀ ਕਿ ਆਪਣੀ ਦੇ ਸਾਹਮਣੇ ਆ ਚੁੱਕੀ ਸੀ। ਇਹਦੇ ਦੇ ਨਾਲ ਹੀ ਬਹੁਤ ਜ਼ਿਆਦਾ ਯਾਨੀ ਕਿ ਲੇਬਰ ਦੇ ਰੁਝਾਨ, ਪੂੰਜੀ ਪ੍ਰਵਾਹ, ਉਹਨਾਂ ਦੀ ਪ੍ਰਸਥਿਤੀ ਔਰ ਤਕਨੀਕ ਮੇਂ ਬੇਟਾ ਬਹੁਤ ਜ਼ਿਆਦਾ ਬਦਲਾਅ ਆ ਚੁੱਕੇ ਸੀ। ਅਬ ਬੇਟਾ ਭੋਜਨ ਕਿਸੀ ਆਸ ਪਾਸ ਕੇ ਗਾਓ ਜਾਂ ਕਸਬੇ ਸੇ ਨਹੀਂ ਬਲਕਿ ਬੇਟਾ ਹਜ਼ਾਰੋਂ ਮੀਲ ਦੂਰ ਸੇ ਆਉਣੇ ਲਗਾ ਥਾ। और अब अपने खेतों पर बेटा खुद काम करने वाले किसान ही खाद पदार्थ पैदा नहीं कर रहे थे। अब यह काम ऐसे जो कि मजदूर करने लगे थे जो हाल ही में वहां आए थे, और ऐसे खेतों में बेटा काम कर रहे थे जहां महज एक यानी कि पीढ़ी पहले ही चल रही सी भी उन्होंने यानी कि पीढ़ी भी जंगल दे विच रहंदे होणगे हो। ते खाद पदार्थ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਈ ਪਹੁੰਚਾਉਣ ਲਈ ਰੇਲਵੇ ਦਾ ਇਸਤੇਮਾਲ ਕਰਿਆ ਜਾਂਦਾ ਸੀ। ਰੇਲਵੇ ਦਾ ਨੈਟਵਰਕ ਜਾਣੀ ਕਿ ਇਸੀ ਕੰਮ ਦੇ ਲਈ ਵਿਛਾਇਆ ਗਿਆ ਸੀ। ਪਾਣੀ ਕੇ ਜਹਾਜ਼ੋਂ ਸੇ ਵੀ ਬੇਟਾ ਇੱਕ ਦੂਸਰੇ ਇਸੇ ਦੂਸਰੇ ਦੇਸ਼ੋਂ ਮੇਂ ਪਹੁੰਚਾਇਆ ਜਾਂਦਾ ਸੀ।
इस तरह बेटा भोजन तो जिमें आप एक उदाहरण के तौर पर लै सकते हैं गे ये एक ऐसी भी आप कहानी भी कह सकते हैं जिमें सिमिलर स्टोरी कैन बी टोल्ड कॉटन एक आप कॉटन की कहानी भी कह सकते हैं एक छोटी कहानी जिमें दुनिया भर के बड़े पैमाने पर खेती की जान लगी थी ब्रिटिश कपड़ा मिलों की मांग को पूरा किया जा रहा है भी ताकि उन्होंने मांग को पूरा किया जा सके ये बेटा जिमें 1820 से लेके 1914 के बीच बेटा विश्व व्यापार में 25 से यानी कि 40 गुना जाने बहुत ज़्यादा विकास हो गया सी। इस व्यापार में बेटा लगभग 60% हिस्सा भी प्राथमिक प्राइमरी प्रोडक्ट्स जैसे बेटा वीट और कॉटन ऐसे जे कृषि उत्पाद होंगे सी जेटे एग्रीकल्चर प्रोडक्ट होंगे सी जैसे कोयला मिनरल इन्ह सारे का बेटा व्यापार होने लग गया सी। नैक्सट बेटा द रोल ऑफ टेक्नोलॉजी What was the role of technology in all this? Chanpreet, wait a minute. Tarna? Beta Tarna? Tarn? Yes, ma'am. Beta read karoge aap? Role of technology, de, ma'am. Haan ji. What was the role of technology in all this? The railway steamships. The telegraph, for example, were important inventions without which we cannot imagine the transformed 19th century world. But technological advances were often the result of larger social, political, and economic factors. For example, colonization stimulated new investments and improvements in transport. Faster railways, lighter wagon, and larger ships helped move food more cheaply and quickly from faraway farms to final markets. ਇਹਦੇ ਵਿੱਚ ਬੇਟਾ ਜਿਵੇਂ ਰੇਲਵੇ ਸਟੀਮ ਸ਼ਿਪਸ ਟੈਲੀਗ੍ਰਾਫ ਜੇ ਸਭ ਬੇਟਾ ਕਿਹਦੇ ਇੰਪੋਰਟੈਂਟ ਇਨਵੈਂਸ਼ਨਸ ਨੇ ਇਹਨਾਂ ਦੇ ਬਿਨਾਂ ਬੇਟਾ 1900 ਦੇ ਵਿੱਚ ਆਏ ਜਾਣੀ ਕਿ ਜਿਹੜੇ ਟ੍ਰਾਂਸਫੋਰਮਡ ਯਾਨੀ ਕਿ ਪਰਿਵਰਤਨ ਨੇ ਉਹਨਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਤਕਨੀਕੀ ਪ੍ਰਗਤੀ ਬੇਟਾ ਅਕਸਰ ਚੌਤਰਫਾ ਕਹਿ ਸਕਦੇ ਹਾਂ ਜਿਵੇਂ ਆਪਾਂ ਸਮਾਜਿਕ ਰਾਜਨੀਤਿਕ ਆਰਥਿਕ ਕਾਰਕੋਂ ਕਾ ਵੀ ਯਾਨੀ ਕਿ ਪਰਿਣਾਮ ਹੋਤੀ ਥੀ ਜੈਸੇ ਬੇਟਾ ਤੇਲ ਚੱਲਣ ਵਾਲੀ ਰੇਲ ਗਾਡੀਆਂ ਬਣੀ ਅਤੇ ਜਲਪੋ ਤੋਂ ਜੈਸੇ ਜਲਾਰਜ ਸਿਪਸ ਇਹਨਾਂ ਦਾ ਆਕਾਰ ਵੱਡ ਗਿਆ ਸੀ ਉਤਪਾਦ ਦੇ ਲਈ ਲੋਕ ਬੇਟਾ ਬੇਟਾ ਜੈਸੇ ਕਿਸੇ ਵੀ ਉਤਪਾਦ ਕੋ ਖੇਤੋਂ ਸੇ ਦੂਰ ਦੂਰ ਕੇ ਬਾਜ਼ਾਰੋਂ ਮੇ ਘੱਟ ਲਾਗਤ ਤੇ ਵੇਚ ਦਿੰਦੇ ਸੀ ਅਤੇ ਜ਼ਿਆਦਾ ਆਸਾਨੀ ਸੇ ਉੱਥੇ ਯਾਨੀ ਕਿ ਪਹੁੰਚ ਜਾਂਦੇ ਸੀ ਹਾਂਜੀ ਨੈਕਸਟ ਦਾ ਟ੍ਰੇਡ ਹਾਂਜੀ ਨੈਕਸਟ ਬੇਟਾ ਹਾਂਜੀ ਤਰਨ ਤਰਨ ਜਸਪ੍ਰੀਤ ਜਸਪ੍ਰੀਤ ਮੈਮ ਯੈਸ ਮੈਮ ਬੇਟਾ ਆਪ ਰੀਡ ਕਰੋਗੇ ਅਬ ਕਰ ਦੇਤੇ ਹੈ ਮੈਮ ਹਾਂਜੀ The traditional in metal offers a good example of this conductor process tiling the 18th 17th century animal was shipped live from Americans to Europe and then slaughtered when they arrived there but live animal took up a lot of ship shape
may also done a voyage fill isle, lost weight or become unfit to eat meat, was himself an expelled beyond the reach of the Europeans, poor high price in turn kept demand and production down until the development of a new technology, namely rapid ships, which enable the transport of perishable food over long distance. Now animals were selected for food at the starting point in American Stable or New York and then transported to European as prison meat. This reduced shipping cost and lowered meat price in European. The poor in European could now consummate a more wild diet to the early moment of bread and potatoes. May throw not all could now add meat and butter and eggs to their diet. Better living conditional apartment, social peace within the country and support for impossible abroad. ਜਿਵੇਂ ਬੇਟਾ ਇਹਦੇ ਵਿੱਚ ਦਾ ਟ੍ਰੇਡ ਇਨ ਮੀਟ ਆਫਰ ਦਾ ਗੁੱਡ ਐਗਜ਼ਾਮਪਲ ਆਫ ਇਸ ਦਿਸ ਕਨੈਕਟਡ ਪ੍ਰੋਸੈਸ ਇਹਦੇ ਵਿੱਚ ਜਿਹੜੀ ਵੀ ਮਾਸ ਦਾ ਉਤਪਾਦ ਹੁੰਦਾ ਸੀ ਇਹਦੀ ਵਪਾਰ ਸੀ ਬੇਟਾ ਹਮ ਇਹਦੀ ਪ੍ਰਕਿਰਿਆ ਦਾ ਅੱਛੀ ਤਰ੍ਹਾਂ ਆਪਾਂ ਨਤੀਜਾ ਲਗਾ ਸਕਦੇ ਹਾਂ ਅੰਦਾਜ਼ਾ ਲਗਾ ਸਕਦੇ ਹਾਂਗੇ ਜਿਵੇਂ 1870 ਦੇ ਯਾਨੀ ਕਿ ਦਸ ਮੱਧ ਦੇ ਯਾਨੀ ਕਿ ਦਹਾਕੇ ਤੱਕ ਅਮਰੀਕਾ ਸੇ ਬੇਟਾ ਯੂਰਪ ਕੋ ਮਾਸ ਕਾ ਨਿਰਯਾਤ ਨਹੀਂ ਕੀਤਾ ਜਾਂਦਾ ਸੀ ਉਸ ਸਮੇਂ ਕੇਵਲ ਬੇਟਾ ਜ਼ਿੰਦਾ ਜਾਨਵਰ ਭੇਜੇ ਜਾਣ ਲੱਗੇ ਸੀ ਅਤੇ ਕਿਉਂਕਿ ਉਹ ਜ਼ਿੰਦਾ ਜਾਨਵਰ ਸੀ ਉਹ ਬਹੁਤ ਜ਼ਿਆਦਾ ਥਾਂ ਘੇਰਨ ਲੱਗ ਗਈ ਸੀ ਤਾਂ ਹੌਲੀ ਹੌਲੀ ਕੀ ਕਰਤਾ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਜਾਨਵਰਾਂ ਨੂੰ ਮਾਰਿਆ ਜਾਣ ਲੱਗਿਆ ਸੀ ਅਤੇ ਉਹਨਾਂ ਦਾ ਮੀਟ ਭੇਜਿਆ ਜਾਣ ਲੱਗਿਆ ਸੀ ਓਕੇ ਬੇਟਾ ਸੋ ਬੇਟਾ ਨੈਕਸਟ 19ਵੀਂ ਸਦੀ ਕੇ ਆਖਿਰ ਮੇਂ ਉਪਨਿਵੇਸ਼ਵਾਦ ਯੈਸ ਮੈਮ ਲੇਟਰ 19th ਸੈਂਚਰੀ ਕੋਲੋਨਲਿਜ਼ਮ ਲੇਟਰ 19th ਸੈਂਚਰੀ ਕੋਲੋਨਲਿਜ਼ਮ ਟ੍ਰੇਡ ਪੋਲਰਾਈਜ਼ਡ ਐਂਡ ਮਾਰਕੀਟਸ ਐਕਸਪੈਂਡਡ ਇਨ ਦਾ ਲੇਟਰ 19th ਸੈਂਚਰੀ ਬਟ ਦਿਸ ਵਾਸ ਨਾਟ ਓਨਲੀ ਅ ਪੀਰੀਅਡ ਆਫ ਐਕਸਪੈਂਡਿੰਗ traditional and increased populating. It is important to list that there was a darker side to this process. In many part of the world, the impact of trade and a close relationship with the world economic also meet a loss of freedoms and livelihoods. Later 19th century European conquest production may painful economically, social and economical changes. Thought which the confused social were powdered into the world economical economy. Look at a map of American figure 10. You will see some countries bordered run trade as if they were drawn using a ruler. Well, in fail, this was almost how reaved European power in American ripped up the founders, demeaned their respective traditional. In 1885, the biggest European power met in Berlin to complete the carving up of American between them. British and Francis made was addressed to their overship traditional in the later 19th century. Bigamies and Grammin become new colicum power. The USA also become a conclude power in the later 19th century by taking over some colonization early held by Spain. Let us look at one example of the described impact of colonization on the economical and livelihoods of colonial people. ਤੇ ਕਿੱਥੇ ਵਗ ਜਾਣੇ ਮਤਲਬ ਇੱਕ ਮਿੰਟ ਵੀ ਨਹੀਂ ਪੂਰੀ ਕੀਤੀ ਹੈਗੇ ਇਸ ਤੇ ਇੱਕ ਕਹਿ ਦਿੰਦੇ ਤੇ ਐਡਾ ਕਿੱਦਾਂ ਹੈਲੋ ਮੈਮ
आपके पीछे आवाज आ रही है। स्टाफ म्यूट दो थी खाली मंजिल बेटा म्यूट बेटा म्यूट कर दो मैम मेरे पीछे। हाँ जी ओके जी लेट 19th सेंचुरी कॉलोनियलिज्म लेट 19th सेंचुरी दे बेटा अखीर दे विच की सी ट्रेड यानी के बदन लग गया सी व्यापार बदन लग गया सी व्यापार में बेटा इजाफे और विश्व अर्थव्यवस्था के साथ बेटा निकटता का एक परिणाम यह भी हुआ था कि दुनिया के बहुत सारे भागों में बेटा स्वतंत्र और जन की लिवलीहुड दे लई दे साधन बेटा वो छीनने लग गए सी। 19वीं सदी के बेटा अखीर में यूरोपियों की विजेता के कारण बहुत सारे जे कष्टदायक आर्थिक सामाजिक परिस्थितिक चेंजेस आए सी। जिमें उतों आप लुकैप अफ्रीका के मानचित्र देख सकते हैं कि वहाँ के कुछ देशों की समान तो बिल्कुल यानी कि सीधी लकीर जैसी हो गई थी। तो बेटा ये आप एक दुर्भाग्य कह सकते हैं यही हुआ था भी अफ्रीका पर कब्जे की कोशिश में बेटा लगी मैं यूरोपियन ताकतों ने अपने अपने इलाकों बंटने के लिए इस तरीके का सहारा लिया सी। 19वीं सदी अखीर के अखीर में बेटा ब्रिटेन और फ्रांस ने अपने शासन वाले जड़े बहुत सारे टेरिटरीज वो बना ले सी उन्होंने खेत्र बढ़ा ले सी। बेल्जियम ते जर्मनी ने बेटा नई कॉलोनियल पावर्स उन्होंने भी अपनी कुछ कब्जे विच कर ले सी खेत्र। यूएसए भी सी जिहड़ा 1890 दे विच इहदे जन के लास्ट दे विच लेट दे इहदे दहाके दे विच अमरीका ने भी बेटा अपने आप नूं एक उपनिवेशवाद ताकत बना लिया सी। हाँ जी राइनपेस्ट और द प्लेग। हाँ जी कैटल प्लेग इन अफ्रीकन इन द 18th-19th सेंचुरी ऑफ पास द स्प्रेडिंग डिजीज ऑफ कैटल पेलिगियम और रिडन फीट हैड अ ट्रिपली इंपैक्ट ऑन पीपल लिवहुड एंड द लोकल इकोनॉमिकल दिस इज अ गुड एग्जांपल ऑफ द वेड स्पीयर इथियोपियन इंप्रेस इंपैक्ट on cauliflower social it show how in the year of confused even a distance of panican cattle reshaped the living and 14 of thousand of people and their relation with the rest of the world. Historical Africans had abundant land and a relative small population for centuries. Land and life strict African livelihood of people readily worked for a bag. In a later 19th century African there was few confused good that wares could buy. If you had been an European posting land and life stood and there was selected of both you two would have see little reason of reason to work for a bag.
In the later 19th century, Europeans were attracted to African due to this desert region of land and mineral. Europeans came to African hoping to establish plating and minerals to product crop and mineral for extract to Europeans. But there was an experiment problem of storage of labor failing to work for bags. अफ्रीका दे विच बेटा जेड़ा 1890 दे यानी कि दहाके दे विच ए विच किया सी रिस्पेंड रिंडर पेस्ट नाम का जेड़ी बीमारी सी वो फैल गई सी मवेशियों में बेटा यानी कि प्लेग की तरह फैले वाली इस बीमारी से लोगों की जन के उस समय उन्होंने लिवलीहुड आजीविका कह सकते हैं अते स्थानीय अर्थव्यवस्था पर उन्हें बहुत ज्यादा असर पिया सी। प्राचीन काल में बेटा अफ्रीका में जमीन की कभी कभाई भी कभी कोई कमी भी नहीं रही है जबकि वहां की आबादी बहुत कम थी और सदियों तक बेटा अफ्रीकियों की जिंदगी काम काज जमीन पालतू पशुओं के सारे ही ये चलती रही है बेटा वहाँ पैसे या वेतन पर काम करने का यानी कि वेतन या भी पैसे ये नहीं चलता हैगा उसे 19वीं सदी के अखीर में अफ्रीका में ऐसे भुगताएं जन के समान बहुत कम है जिनके वेतन से बेटे पैसे जिनके वेतन जिन्हें वेतन के पैसे से जान के खरीदा जा सके 19वीं सदी के अखीर में बेटा यूरोपीय ताकतें अफ्रीका के जन के विशाल क्षेत्र में और खनिज बटारों देख के इस महाद्वीप में की तरफ और आकर्षित हो गई थी। यूरोपियन लोग जेटा अफ्रीका में बगानी खेती करने लगे थे और खदानों का दोहन करना चाहते थे ताकि उन्हें वापस यूरोप भेजा जा सके। सो नेक्स्ट बेटा हम कल रीड करेंगे। ओके स्टूडेंट्स। ओके मैम। ओके बेटा। सो ओके मैम। ओके बेटा। सो बेटा अटेंडेंस लगवा दो अपनी। ओके जसप्रीत कौर प्रेजेंट मैम। कोमल प्रेजेंट मैम। शानप्रीत प्रेजेंट मैम। तरन बेटा तरन तरन प्रेजेंट मैम। हाँ जी मैम। हाँ जी बेटा। सो बेटा नेक्स्ट हम कलर रीड करेंगे। ओके स्टूडेंट्स। ओके मैम। थैंक यू मैम। ओके बेटा। बाय बेटा। बाय मैम।